बुद्धि बुद्धि की कमर कस लेनी है इथे पाउंदा हो कहिंदे जिथे वचन दा बंदा भरिया ना भरिया वचन दा भरिया फिर नहीं अटैक होए बुद्धि ना ठीक है सच्चाई की है वचन वचन ना ठीक है अपनी कमर पूरी कस लेनी है पूरी सच्चाई ना सच्चाई नहीं लिखे मैंने सच्चाई की है वचन यीशु कहता सच्चाई नू जानो सच्चाई तो नू आजाद करेगी सच्चाई दा ही नहीं पता फिर ओखी गल है अगे अति मिलाप दी खुशखबरी दी तैयारी दी जुत्ती पिछो ही बढ़दा दे पिछो विच कुस गल छड़ती तुसी सो तुसी अपनी कमर सच्चाई नाल कस के अति धर्म दी समझो पहन के धर्म दी धर्म दी धर्म दी समझो समझो कि जिवें कि पुराने टाइम च टोप पा लेंदे सी ਦੀ ਸੱਟ ਨਾ ਲੱਗੇ ਸਿਰ ਤੋਂ ਵੀ ਨਹੀਂ ਹੈ ਤਵਾ ਸੋ ਤੁਸੀਂ ਆਪਣੀ ਕਮਰ ਪਿੱਛੋਂ ਸੱਚਾਈ ਨਾਲ ਕਸ ਕੇ ਅਤੇ ਧਰਮ ਦੀ ਸੰਜੋ ਪਹਿਣ ਕੇ ਧਰਮ ਦੀ ਸੰਜੋ ਧਰਮ ਦੇ ਕੰਮ ਕਰਨੇ ਭਲੇ ਕੰਮ ਫਿਰ ਪੜ ਵੀ ਦੇ ਸੇ ਇਸਤੇ ਇੰਨੀ ਕੀ ਧਰਮ ਦੀ ਅਤੇ ਧਰਮ ਦੀ ਸੰਜੋ ਪਹਿਣ ਕੇ ਸੰਜੋ ਕਿਉਂ ਪਹਿਨੀ ਜਾਂਦੀ ਹੈ ਸੰਜੋ ਪਹਿਲੇ ਪਹਿਲੇ ਗੱਲ ਪਤਾ ਨਹੀਂ ਹੋਣਾ ਕਿਸੇ ਤੁਹਾਨੂੰ ਦੱਸ ਦਿਓ ਕੋਈ ਟੋਪ ਹੁੰਦਾ ਸਿਰ ਨੂੰ ਸੇਫ ਰੱਖਣ ਵਾਲਾ ਸੱਚਾਈ ਨਾਲ ਉਹਦਾ ਸਿਰ ਵੀ ਕਸ ਲੈਣਾ ਦਿਮਾਗ ਵੀ ਕਸ ਲੈਣਾ ਹਾਂ ਧਰਮ ਦੀ ਸੰਜੋ ਪਹਿਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਮਿਲਾਪ ਕੀ ਮਿਲਾਪ ਕੀ ਲੋਕਾਂ ਨੂੰ ਦੱਸਣਾ ਯਿਸੂ ਮਸੀਹ ਬਾਰੇ ਲੋਕਾਂ ਨੂੰ ਦੱਸਣਾ ਮਿਲਾਪ ਦੀ ਹਾਂ ਪੜੀ ਬਣੀ ਹਾਂ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਖੁਸ਼ਖਬਰੀ ਖੁਸ਼ਖਬਰੀ ਕੀ ਲੋਕਾਂ ਦੱਸੋ ਗੁੱਡ ਨਿਊਜ਼ ਤੇਰਾ ਬੱਚਾ ਠੀਕ ਹੋ ਸਕਦਾ ਤੇਰਾ ਭਾਈ ਠੀਕ ਹੋ ਤੇਰੀ ਭੈਣ ਤੇਰਾ ਪਤੀ ਤੇਰਾ ਠੀਕ ਹੋ ਸਕਦਾ ਇਹ ਕੀ ਹੈ ਖੁਸ਼ਖਬਰੀ ਬੁਰੀ ਖਬਰ ਆ ਕਿ ਚੰਗੀ ਖਬਰ ਆ ਚੰਗੀ ਖੁਸ਼ਖਬਰੀ ਗੁੱਡ ਨਿਊਜ਼ ਦੱਸਣਾ ਲੋਕਾਂ ਨੂੰ ਹਾਂ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੇ ਪਾ ਕੇ ਖਲੋ ਜਾਓ लकड़ दी हुण पुराने समय च लोहे दी जो तीर आउंदा सी अगे कर दिंदे सी अज भी एवं शैतान आते तीर चलाई जाता तीर विश्वासी की करी ना ही करी ना अगो कोई भी नहीं चलाउंदा अगो क्योंकि वचन का पता नहीं वचन ना नहीं हारदा वचन का कोई पता नहीं बस बची आंदा ओदे ठोकोंगे ओ हर जेगा ओ मर जेगा दुश्मन नु मारना चाहुंदे आ ना वचन चाहिदे हथियार चाहिदे आ समझ होनी चाहिदी है हां अगे मिलन दी ਉਹਨਾਂ ਸਭਨਾ ਸਣੇ ਨੇਚਾ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣਵਾਨਾਂ ਨੂੰ ਬਜਾ ਸਕੋਗੇ ਉਹ ਤੀਰ ਚਲਾਏਗਾ ਕਾਹਦੇ ਚਲਾਏਗਾ ਬਿਮਾਰੀ ਦੇ ਵਿਭਿਚਾਰ ਦੇ ਨਸ਼ੇ ਦੇ ਗਾਲੀ ਦੇ ਗਲੋਚ ਦੇ ਚੋਰੀ ਦੇ ਚਰਾਕ ਚਕਾਰੀ ਦੇ ਸਭ ਤੀਰ ਚਲਾਏਗਾ ਬਚਣਾ ਤੇ ਅੱਗੋ ਕਰਨਾ ਕੀ ਹੈ ਹਾਂ ਅਤੇ ਮੁਕਤੀ ਦਾ ਟੋਪ ਮੁਕਤੀ ਦਾ ਟੋਪ ਠੀਕ ਹੈ ਮੁਕਤੀ ਜਿਹੜੀ ਮੁਕਤੀ ਆਪਾਂ ਨੂੰ ਮਿਲ ਚੁੱਕੀ ਹੈ ਉਹ ਟੋਪ ਦੀ ਥਾਂ ਤੇ ਪਹਿਨ ਲੈਣੀ ਹਾਂ ਅਤੇ ਆਤਮਾ ਦੀ ਤਲਵਾਰ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਜੋ ਪਰਮੇਸ਼ਰ ਦੀ ਬਾਣੀ ਹੈ ਉਹ ਲੈ ਲਵੋ ਅਤੇ ਸਾਰੀ ਪ੍ਰਾਰਥਨਾ ਦੀ ਬੇਨਤੀ ਨਾਲ ਬਸ ਫਿਰ ਦੁਬਾਰਾ ਫਿਰ ਪੜ ਕੇ ਨਾ ਅਤੇ ਮੁਕਤੀ ਦਾ ਟੋਪ ਆਤਮਾ ਦਾ ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਬੋਲਤਾ ਕੀ ਸਮਝ ਹਰਾਣਾ ਕਿਵੇਂ ਸ਼ੈਤਾਨ ਬਿਮਾਰੀ ਨੂੰ ਕਿਵੇਂ ਹਰਾਣਾ ਵਚਨ ਨਾਲ ਹਰੇਗੀ ਸ਼ੈਤਾਨ ਕੁਛ ਵੀ ਮਾਨ ਚ ਪਾਈ ਜਾਵੇ ਕੁਛ ਵੀ ਪਾਈ ਜਾਵੇ ਤੂੰ ਯਾਰ ਇੰਨਾ ਚਿਰ ਹੋ ਗਿਆ ਚਰਚ ਜਾਂਦੇ ਨੂੰ ਚੰਗਾ ਤਾਂ ਹੈ ਨਹੀਂ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਹੈ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਅੱਗੇ ਪੜ੍ਹਦੇ ਹਾਂ ਥੋੜਾ ਅਤੇ ਸਾਰੀ ਪ੍ਰਾਰਥਨਾ ਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦੇ ਨਿਮਿਤ ਸਾਰਿਆਂ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ ਆਤਮਾ 'ਚ ਜਾਗਣਾ ਹੈ ਆਤਮਾ 'ਚ ਸਾਰੇ ਸੰਤਾਂ ਲਈ ਪ੍ਰਾਰਥਨਾ ਕਰਨੀ ਸਾਰੇ ਪਾਸਟਰਾਂ ਲਈ ਕੀ ਕਰਨੀ ਆ ਪ੍ਰਾਰਥਨਾ ਕਰਨੀ ਹੈ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਇਸ ਬਚਨ ਦੁਆਰਾ ਆਸ਼ੀਸ਼ ਦੇਵੇ
ਆਉਂ।